ਵਿਲੇਜ ਰੂਟ ਚੈਨਲ ਦੇ ਤਮਾਮ ਦੋਸਤਾਂ ਖੁਸ਼ ਆਮਦੀਦ ਦੱਸਾਂ ਨਵੇਂ ਦੋਸਤਾਂ ਦੇ ਚੈਨਲ ਸਬਸਕ੍ਰਾਈਬ ਵੀ ਕਰਿਆ ਸੋ ਲਾਈਕ ਸ਼ੇਅਰ ਲਾਜ਼ਮੀ ਚੈੱਕ ਕਰਿਆ ਸੋ ਅੱਜ ਦੀ ਵੀਡੀਓ ਦਾ ਟੌਪਿਕ ਇਹ ਕਨੋਲਾ ਮਲਵੇਰਾ ਦਾ ਕਨੋਲਾ ਰਾਤ ਹੋਵੇ ਰੋਕੜੀ ਫੁੱਲ ਦੇ ਨਾਲ ਉੱਥੇ ਕਰਕੇ ਯਾਨੀ ਕਿ ਰੋਕੜੀ ਦੇ ਢੇਰ ਵਾਲੇ ਫੁੱਲ ਦੇ ਨਾਲ ਕਰਕੇ ਦੇਖਾ ਜੋ ਬਣ ਕੇ ਦੇਖਦਿਆਂ ਦੇਖਾਂ ਉਹ ਕਿੰਨੇ ਹੈ ਅਤੇ ਹੁਣ ਨਹੀਂ ਬਣ ਕੇ ਤੁਹਾਨੂੰ ਕੁਝ ਵੀਡੀਓ ਚੱਲ ਇਹ ਜਨਾਬ ਚੈਂਪੀਅਨ ਬੀਜ ਅਲਬਰਕ ਚੈਂਪੀਅਨ ਕਨੋਲਾ ਸੀਡ ਅਲਬਰਕਰ ਸੀਡ ਉਹਨਾਂ ਦਾ ਇਹਦਾ ਟੈਸਟਿੰਗ ਯੀਅਰ ਜਨਾਬ ਵਾਲੀ ਇਹਨੇ ਸਤੰਬਰ 2022 ਲੇਕਿਨ ਇਹਨੂੰ ਧੋਖਾ ਦਿੱਤਾ ਇਹਨੇ ਧੋਖਾ ਦਿੱਤਾ ਵੀ ਇਹਨਾਂ ਉੱਤੇ ਲਿਖਿਆ ਮੈਂ ਤੁਹਾਨੂੰ ਖਾਵਾਂ ਇਹਨਾਂ ਉੱਤੇ ਲਿਖਿਆ ਲਿਖਿਆ ਵੀ ਕਨੋਲਾ ਹਾਲਾਂਕਿ ਕਨੋਲਾ ਨਹੀਂ ਇਹ ਸਰਵੇ ਆਮ ਸਰਵੇ ਇਹ ਜੇ ਟਾਈਮ ਰਹਿੰਦੇ ਪੈਸੇ ਤਿੰਨ ਸਾਨੂੰ ਵੀਹ ਦੇਰ ਬੰਦਾ ਦਿੱਤਾ ਅਤੇ ਉਸ ਨਾਲ ਖਾਈ ਵੀ ਜਨਾਬ ਇਹਦਾ ਵੀਹ ਪਾਵੀ ਤੋਂ ਪੰਜ ਉਸ 2500 ਸਾਨੂੰ 2500 ਰੁਪਈਆ ਰੇਟ ਇੱਕ ਪੈਕਟ ਦਾ ਦਿੱਤਾ ਜਿਹੜੇ ਦਿੱਤਾ ਉਸ ਨੇ ਇੱਕ ਚੌੜੀ ਆਈ ਲੇਕਿਨ ਮੇਰੇ ਮਲਵੇਰ ਰਹਿਣ ਵਾਲੇ ਹਨ ਅਤੇ ਮੈਂ ਉਹਨਾਂ ਮੈਂ ਦੱਸਿਆ ਤਾਂ ਮੈਂ ਮਨਾ ਕੀਤਾ ਵੀ ਯਾਰ ਕਨੋਲਾ ਨਹੀਂ ਹੈ ਸਰਵੇ ਉਸ ਨੇ ਲੇਕਿਨ ਉਹਨਾਂ ਕਾ ਦਿਲ ਭਰਤਾ ਜੇ ਬੰਦਾ ਸਾਰਾ ਤਾਂ ਅਸਾਂ ਉਸ ਤੋਂ ਵੀਹ ਕਹਿੰਦੇ ਹਾਂ ਅਤੇ ਚੈਂਪੀਅਨ ਇਹ ਭੁੱਕਾ ਪਹਿਲਾ ਸਾਲ ਹੈ ਸਤੰਬਰ 2022 ਦੇ ਵਿੱਚ ਟੈਸਟਿੰਗ ਯੀਅਰ ਹੈ ਇਹ ਇਹ ਕੰਪਨੀ ਨੇ ਅਤੇ ਅੱਗੋਂ ਨਿਕਲਾ ਵਾ ਅਤੇ ਸਰੋਂ ਨਿਕਲੀ ਗਈ ਉਹ ਵੀ ਇਹਨੇ ਖਾਸ ਮਜ਼ੇ ਦੇ ਬੀਜ ਵਗੈਰਾ ਕੋਈ ਨਹੀਂ ਥੀ ਮੈਂ ਤੁਹਾਨੂੰ ਵੱਧ ਵੀ ਅੱਗੋਂ ਦੇਖਣਾ ਹਾਂ ਚਾ ਸਰੋਂ ਦੇਖੋ ਸਰੋਂ ਕਿੰਨੇ ਨਿਕਲੀ ਇਹ ਕਨੋਲਾ ਅਤੇ ਪਾਣੀ ਲੱਗਦਾ ਵੱਧ ਅਤੇ ਇਹ ਕਨੋਲਾ ਨਹੀਂ ਹੋ ਸਕਦੀ ਯਾਨੀ ਕਿ ਹੁਣ ਤਾਂ ਬੀਜ ਪਕਸੀ ਤਾਂ ਸਾਨੂੰ ਪਤਾ ਲੱਗਦੀ ਵੀ ਹੋ ਸਕਦੀ ਕਿੰਨੀਆਂ ਲੇਕਿਨ ਜਿੰਨੇ ਹਿਸਾਬ ਨਾਲ ਬੂਟ ਹੈ ਇੰਨੇ ਨਹੀਂ ਪਤਾ ਲੱਗਦਾ ਵੀ ਆ ਇਹ ਹਾਂ ਯਾਨੀ ਕਿ ਦੋ ਨੰਬਰ ਬੀਜ ਆਏ ਸਾਡੇ ਕਿਸਾਨ ਭਰਾ ਤਾਂ ਮਾਰੇ ਪੈਂਦੇ ਨੇ ਬਾਈ ਉਹਨਾਂ ਨੂੰ ਸਸਤੀ ਉਹ ਸ਼ਹਿਰ ਦੇਖਦੇ ਨੇ ਨਾ ਤੋਂ ਦਿਨ ਬਈ ਸਾਡੀ ਸ਼ਹਿਰ ਬਈ ਮਾਂ ਬਈ ਸਸਤੀ ਜੁੱਡੀ ਹੁੰਦੀ ਪਈ ਹੈ ਤਾਂ ਫਿਰ ਵੀ ਚੰਗੀ ਹੋ ਸੀ ਲੇਕਿਨ ਸਸਤੀ ਸ਼ਹਿਰ ਹਮੇਸ਼ਾ ਨੁਕਸਾਨਦੇਹ ਹੁੰਦੀ ਹੈ ਬਾਕੀ ਤੁਹਾਨੂੰ ਮੈਂ ਕਨੋਲਾ ਤੋੜੂਆ ਕਰੀ ਖਾਣਾ ਬਈ ਤੁਸੀਂ ਨਾ ਕਹੇ ਬਈ ਝੂਠ ਬੋਲਦੇ ਪੈਣ ਬਈ ਸਾਡੀ ਪਬਲਿਕ ਗੁਲਾਬ ਪੈ ਕਰੇ ਨੇ ਸਾਡੀ ਉਸਦੇ ਬੀਜ ਦੇ ਲੇਕਿਨ ਮੈਂ ਤੈਨੂੰ ਤੋੜੇ ਖਾਣਾ ਬਈ ਕਨੋਲਾ ਕਿ ਇਹ ਸਰਵੇ ਦੇਖਦੇ ਪਿਓ ਇਹ ਸਾਰਾ ਉਹ ਕਨੋਲਾ ਕਲੋਤਾ ਹੈ ਇਹ ਦੇਖਦੇ ਪਿਓ ਹੁਣ ਮੈਂ ਤੁਹਾਨੂੰ ਕੋਲ ਕਲੋਦ ਕਰਕੇ ਦੇਖਵਾ ਬਈ ਕਨੋਲਾ ਅਤੇ ਕਨੋਲਾ ਹੈ ਜਾਂ ਸਰਵੇ ਇਹ ਦੇਖਦੇ ਪਿਓ ਇਹ ਸਰੋਂ ਦਾ ਪੱਤਾ ਹੈ ਇਹ ਕਨੋਲੇ ਦਾ ਪੱਤਾ ਨਹੀਂ ਦੇਖਦੇ ਪਿਓ ਇਹ ਹੁਣ ਇਹਦੇ ਫਲ ਚਾਉਣ ਦੇ ਤਰੀਕਾ ਹੈ ਇਹ ਦੇਖਦੇ ਪਿਓ ਇਹ ਹੁਣ ਨਾ ਬੂੰਗ ਪਤਲੀ ਫਲੀ ਜਾਂਦਾ ਪਈ ਹੈ ਯਾਨੀ ਕਿ ਇਹ ਕਨੋਲਾ ਵਿਆਹ ਅਤੇ ਇੱਥੇ ਗੁੱਛੇ ਬਣਾਈ ਕਲੋਤੋਂ ਤਾਰਾਂ ਵਿਆਹ ਸਾਰ ਦੇ ਵਧੀ ਦੀ ਨਿਸ਼ਾਨੀ ਹੈ ਬਈ ਦੇਖਦੇ ਪਾ ਪੱਤਾ ਇਹਦੇ ਖੁਰਦ ਰਹਿ ਇਹ ਸਰੋਂ ਦਾ ਪੱਤਾ ਆਉਂਦਾ ਹੈ ਹਾਈ ਇੱਕ ਮਸਟਰਡ ਸਰੋਂ ਹੁੰਦੀ ਹੈ ਅਤੇ ਇੱਕ ਦੂਜੀ ਹੁੰਦੀ ਹਾਈਬ੍ਰਿਡ ਸਰੋਂ ਇਹ ਹਾਈਬ੍ਰਿਡ ਨਹੀਂ ਹੈ ਮਸਟਰਡ ਬੀਜ ਨਹੀਂ ਉਹ ਕੋਈ ਸਾਦਾ ਬੀਜ ਨੇ ਸਰੋਂ ਦਾ ਯਾਨੀ ਕਿ ਇਹਨਾਂ ਦੋ ਨੰਬਰੀ ਪੈਕਿੰਗ ਕੀਤੀ ਹੈ ਕਨੋਲੇ ਦੀ ਪੈਕਿੰਗ ਕੀਤੀ ਨਹੀਂ ਅਤੇ ਵਿੱਚ ਉੱਤੀ ਸਰੋਂ ਨੇ ਚੈਂਪੀਅਨ ਵਾਲਾ ਇਹ ਤੁਹਾਨੂੰ ਦੇਖਦਾ ਪਿਆ ਦੇਖ ਸੋ ਹਾਲਾਂਕਿ ਪਾਣੀ ਵੀ ਲੱਗਾ ਪਿਆ ਇਹ ਦੇਖਦੇ ਪਏ ਹੁਣ ਫਲੀ ਹੈ ਜੀ ਇਹ ਕਮੋ ਕਮੀ 5 ਕਿਲੋ ਰਾਦੇ ਪੈਣੇ ਤੇ ਹੁਣ ਕਿਸਾਨ ਦੇ ਡੇਰੇ ਮੈਲ ਮਲਵੇਰਾ ਰਾਦਾ ਤਾਂ ਯਾਨੀ ਕਿ ਉਹਨਾਂ ਨੂੰ ਤਾਂ ਹੁਣ ਨੁਕਸਾਨ ਥੀ ਗਿਆ ਨਾ ਉਹਨਾਂ ਰਾਦਾ ਤਾਂ ਕਨੋਲਾ ਟਾਈਮ ਪੇ ਲੇਕਿਨ ਅੱਗੋਂ ਨਿਕਲੀ ਤਾਂ ਸਰ ਹੋਏ ਅਤੇ ਉਹ ਵੀ ਉਸ ਵਜ੍ਹਾ ਦੀ ਨੱਡੇ ਸੀ ਉਹ ਇਤਨੀ ਮਿਹਨਤ ਹੀ ਕਰਦੇ ਪੈਣ ਪਾਣੀ ਵੀ ਲੈਂਦੇ ਪਏ ਇਹ ਫਲੀ ਦੇਖਦੇ ਪਏ ਇਹਦੀ ਹੁਣ ਸਾਰ ਦੇ ਪਹਿਲਾਂ ਕਨੋਲੇ ਦੀ ਜਾਂ ਬਣਾਉਣ ਦਾ ਤਰੀਕਾਕਾਰ ਤੁਹਾਨੂੰ ਇਹ ਦੱਸ ਰਿਹਾ ਮੈਂ ਬਈ ਸਾਰ ਦੇ ਪਹਿਲਾਂ ਸੋਹਣੀ ਕਰਕੇ ਚੁੰਝਲਾ ਮਾਰਨਾ ਚਾਹੀਦਾ ਚੁੰਝਲੀ ਤੋਂ ਬਾਅਦ ਰੂਟਾਂ ਮਾਰਨਾ ਚਾਹੀਦਾ ਰੂਟੇ ਤੋਂ ਬਾਅਦ ਤੁਹਾਨੂੰ ਰੂਟੇ ਤੋਂ ਬਾਅਦ ਸੋਹਣੀ ਕਿ ਜ਼ਮੀਨ ਬਣ ਪੈਂਦੀ ਹੈ ਅਤੇ ਕੋਸ਼ਿਸ਼ ਕਰਨੀ ਚਾਹੀਦੀ ਪੱਤਰ ਲਾ ਕੇ ਅਤੇ ਉਸ ਤੋਂ ਬਾਅਦ ਜਦੋਂ ਤਿੰਨ ਨਾਲੀ ਕਰ ਦਿਓ ਨਾਲੀ ਦੇ ਵਿੱਚ ਨਾਲੀ ਯਾਨੀ ਕਿ ਇਹਦੀ ਆਪਣੀ ਨਾਲੀ ਇਤਨੀ ਸਾਰਾ ਪਾਕਿਸਤਾਨ ਹੈ ਅਤੇ ਬੈਕਵਰਡ ਜੋ ਪਾਕਿਸਤਾਨ ਹੈ ਤੁਸੀਂ ਇਤਨਾ ਨਾਲੀ ਇਤਨੀ ਅੱਛੀ ਸਾਰੇ ਕੋਲ ਇਹ ਕੋਲ ਅਸਾਂ ਕਪਾਹ ਦੀ ਨਾਲੀ 'ਤੇ ਕਨੋਲਾ ਰਹਿੰਦੇ ਹਾਂ ਕਿਉਂਕਿ ਹੁਣ ਇਹ ਛੱਟੇ ਦਰਾਜ ਹੋਇਆ ਛੱਟੇ 'ਚ ਭੂੰਗਾ ਟੱਤੀ ਹੋਇਆ ਫੱਲੀ ਬੇਸੀ ਕੋਲ ਇਤਨੀ ਇਤਨੀ ਖਾਸ ਰਹਿੰਦਾ ਇਹ ਦੇਖਦੇ ਪਾਓ ਕਿਹੜਾ ਘੱਟ ਹੈ ਇਹ ਦੇਖਦੇ ਪਾਓ ਇਹ ਤਾਂ ਬਾਅਦ ਕਪਾਹ ਦੀ ਨਾਲੀ 'ਤੇ ਨਾ ਰਾਹਤ ਵਾ ਤੁਸੀਂ ਇੱਕ ਤਾਂ ਸਪਰੇਆਂ ਕੋ ਕਰਾਉਣ ਜਾਂ ਪਾਣੀ ਲਾਉਣੀ ਸੌਖਾ ਆਉਂਦਾ ਹੈ ਅਤੇ ਇਸ ਨੂੰ ਪਹਿਲਾਂ ਪਾਣੀ ਲਾਉਣਾ ਚਾਹੀਦਾ ਪੈਰ ਜਿਹਨੇ ਹੱਥ ਜਿਹੜੀ ਥੀ ਵੇ ਹੱਥ ਜਿਹੜੀ ਪਹਿਲਾਂ ਪਾਣੀ ਤੋਂ ਬਾਅਦ ਇਸ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਜੇ ਲੂਜਾ ਪਾਣੀ ਲਾਓ ਤਾਂ ਇਸ ਨੂੰ ਨਾ ਸੋਹਣਾ ਯੂਰੀਆ ਇਹਨੂੰ ਖਾਦ ਲਾਉਣੀ ਚਾਹੀਦੀ ਹੈ ਅੱਗੋਂ ਫਲ ਲੱਭਦਾ ਕਿਸਮ ਦੀ ਗੱਲ ਹੁੰਦੀ ਹੈ
ਅਤੇ ਕਨੋਲਾ ਕਨੋਲਾ ਦਾ ਰੇਟ ਕੋਈ ਵੀ ਗਿਣਨਾ ਚਾਹੇ ਤਾਂ ਇਹਨਾਂ ਆਖੇ ਬਈ ਯਾਨੀ ਕਿ 2,500 ਦੇ ਪੈਕਟ ਦਿੰਦਾ ਤਾਂ ਬੰਦਾ ਆਖੇ ਜਾ ਮੈਂ ਸਸਤਾ ਡੀਨਾ ਪਿਓਰ ਗਿਣਨਾ ਚਾਹ ਤਾਂ ਬੰਦਾ ਸਸਤੇ ਖਰਚਾ ਗਿਣਦਾ ਚਾਹ ਲਗੋ ਲਗ 20 ਹਜ਼ਾਰ ਦਿੰਦੀ ਹੁਣ ਇਹ ਕੰਪਨੀ ਦੇ ਮੈਂ ਤਾਂ ਲਿਖਵਾਇਆ ਕੰਪਨੀ ਦੇ ਵੀ ਦੋ ਨੰਬਰ ਨਿਕਲ ਆਇਆ ਤਾਂ ਇੰਡੀਆ ਨਿਕਲਦਾ ਲੇਕਿਨ ਮੈਂ ਕੋਸ਼ਿਸ਼ ਕਰਨੀ ਚਾਹੀਦੀ ਹੈ ਬਈ ਬੀਜ ਨੂੰ ਹਮੇਸ਼ਾ ਚੈੱਕ ਕਰਕੇ ਕਿ ਜ਼ਰਾਤ ਵਾਲਾ ਦਫ਼ਤਰ ਤੋਂ ਆਣ ਕੇ ਉੱਥੇ ਪਤਾ ਕਰਨਾ ਚਾਹੀਦਾ ਬਈ ਕਨੋਲਾ ਦਾ ਬੀਜ ਕਿਹੜਾ ਅਤੇ ਦੂਜਾ ਕਿਹੜਾ ਹੈ ਹੁਣ ਮਸਟਰਡ ਸਰੋਂ ਜਿਹੜੀ ਹੁੰਦੀ ਹੈ ਉਹ ਹੁੰਦੀ ਹੈ ਰੱਤੀ ਅਤੇ ਕਨੋਲਾ ਡੇਰ ਹੁੰਦਾ ਨਾ ਅਤੇ ਕਨੋਲਾ ਡੇਰ ਹੋ ਸੀ ਤੁਹਾਡੀ ਕਨੋਲਾ ਉਹਦੀ ਉਹ ਕਾਲ ਸ਼ਾਹ ਰੱਖਦਾ ਹੁਣ ਇਹਦੇ ਬੀਜ ਵਿੱਚ ਮੈਨੇ ਨੇ ਉਹ ਦੱਸਿਆ ਪੈਂਦੇ ਜਿਹੜਾ ਬੰਦਾ ਰਾਧ ਹੈ ਉਹ ਮੈਂ ਦੱਸਿਆ ਪੈਂਦੇ ਕਿ ਬੀਜ ਜਿਹੜੇ ਕਾਲਾ ਹੈ ਹਾਲਾਂਕਿ ਉਹਨੇ ਸ਼ਾਇਦ ਰੰਗ 'ਚ ਕੀਤਾ ਹੋਵੇ ਤਾਂ ਬੀਜ ਕਾਲਾ ਦੱਸਿੰਦਾ ਪਿਆ ਹੈ ਤਾਂ ਇਹਦਾ ਬੀਜ ਦੇ ਪੈ ਇਹਦਾ ਕਨੋਲਾ ਦੇ ਪੈਕਟ ਤੋਂ ਡੀਉਣਾ ਚਾਹੀਦੀ ਸੀ ਤਕਰੀਬਨ 6,000 ਦਾ ਡੀਂਦਾ ਮੈਂ ਆਪਦੇ ਜ਼ਰਾਤ ਦੁਕਾਨਾਂ 'ਤੇ ਪਤਾ ਕੀਤਾ ਤਾਂ ਉਹਨਾਂ ਨੇ ਆਖਿਆ ਵੀ ਸਾਡੀ ਆਪਣੀ ਦੀ ਕੀਮਤ ਦੀ ਖਰੀਦ ਹੁੰਦੀ ਹੈ 5,600 ਅਸੀਂ 300-400 ਰੁਪਏ ਰੱਖ ਕੇ ਅਸੀਂ ਇਹਨੂੰ ਸੇਲ ਕਰਨੇ ਹਾਂ ਤਾਂ ਹੁਣ ਮੇਰੇ ਮਨ ਵੀ ਨਾ ਰਾਧਾ ਹੈ ਅਤੇ ਉਹਨਾਂ ਨੂੰ ਮੈਂ ਆਖਿਆ ਵੀ ਯਾਰ ਜਿਹੜਾ ਬੰਦਾ ਤੈਨੂੰ ਗਰੰਟੀ ਦਿੱਤੀ ਹੈ ਵੀ ਦਿੱਤੇ ਜਿਹਨੂੰ ਸਾਡੇ ਤੁਹਾਨੂੰ ਦੱਸੋ ਵੀ ਹੁਣ ਸਾਨੂੰ ਇਹ ਵੀ 2 ਨੰਬਰ ਆਈ ਸਰੋਂ ਹੈ ਜਾਂ ਇਹ ਕਨੋਲਾ ਹੈ ਹਾਲਾਂਕਿ ਇੱਕ ਕਨੋਲਾ ਹੈ ਕਿਉਂਕਿ ਮੈਂ ਫਿਰ ਕਨੋਲਾ ਰਹਿੰਦਾ ਰਹੀ ਹਾਂ ਇਹ ਅਤੇ ਸਾਰਾ ਜੇ ਵਧੀ ਕਿਸਾਨ ਬੜਾ ਗਲਤੀ ਕਰਿੰਦੇ ਬਈ ਛੱਟਾ ਬਹਿੰਦੇ ਛੱਟਾ ਨਹੀਂ ਬਾਂਬਣਾ ਚਾਹੀਦਾ ਕੋਸ਼ਿਸ਼ ਕਰਨੀ ਚਾਹੀਦੀ ਹੈ ਬਈ ਕਨੋਲੇ ਨੂੰ ਤੁਸਾਂ ਕਪਾਹ ਲਈ ਨਾਲੀ ਕਰਕੇ ਲਾਉਣਾ ਚਾਹੀਦਾ ਹੁਣ ਇੱਕ ਤਾਂ ਪਾਓ ਇਹ ਜ਼ਮੀਨ ਦਾ ਵੀ ਨਾ ਆਖ ਸਕਦਾ ਬਈ ਯਾਰ ਜ਼ਮੀਨ ਦਾ ਵੀ ਫਰਕ ਲਾਜ਼ਮੀ ਗੱਲ ਹੁੰਦਾ ਹੈ ਅਤੇ ਇਸ 'ਤੇ ਵੀ ਬਿਮਾਰੀ ਵਗੈਰਾ ਪਾਉਂਦੀ ਹੈ ਲੇਕਿਨ ਬਿਮਾਰੀ ਇੰਨੀ ਬਈ ਕੁੱਤੀ ਤਰਪੜਾ ਪਾਉਂਦੀ ਹੈ ਉਹ ਅਤੇ ਲੇਕਿਨ ਇਹ ਮਾਸ਼ਾ ਅੱਲਾ ਫਿਲਹਾਲ ਬੱਚਾ ਖਲੋਤਾ ਅਤੇ ਹੁਣ ਉਸ ਦੀ ਵੱਲ ਆਲਮ ਇਹ ਗੱਲ ਤਾਂ ਮੈਂ ਨਾ ਆਖ ਸਕਦਾ ਵੀ ਕਿਤਨੀ ਉਸ ਡੇ ਸੀ ਕਿਉਂਕਿ ਮੇਰੇ ਨਜ਼ਦੀਕ ਵੀ 2 ਨੰਬਰ ਵੀ ਜਾਈ ਜਿਹੜੀ ਕੰਪਨੀ ਹੈ ਸਤੰਬਰ ਇਹ ਇਸ ਸਤੰਬਰ ਪਹਿਲੀ ਦਫ਼ਾ ਟੈਸਟਿੰਗ ਵੀ ਆ ਸਤੰਬਰ 2022 ਦੇ ਵਿੱਚ ਅਤੇ ਯਾਨੀ ਕਿ ਪਹਿਲੀ ਦਫ਼ਾ ਪਹਿਲੇ ਦਿਹਾੜੇ ਆਈ ਪਹਿਲਾ ਟੈਸਟਿੰਗ ਦੀ ਆ ਰਿਹਾ ਅਤੇ ਪਹਿਲੇ ਟੈਸਟਿੰਗ ਦੀ ਆ ਰਿਹਾ ਸੀ ਆਮ ਨੂੰ ਦੋਖਾ ਦਿੱਤਾ 500 'ਚ ਕਨੋਲਾ ਕਿੱਥੋਂ ਆਉਂਦਾ ਇਹ ਤਾਂ ਮੈਂ ਦੱਸ ਸਕਦੇ ਹੋ ਤੁਸੀਂ 500 'ਚ ਕਨੋਲਾ ਕਦੇ ਵੀ ਨਹੀਂ ਆ ਸਕਦਾ ਇਹਦੇ ਟਾਈਮ ਇਹ ਰਹਿੰਦੇ ਪੈਣ ਮੇਰੇ ਮਰਵੀਰ ਤਾਂ ਮੈਨੂੰ ਨਾ ਆਖਿਆ ਹੈ ਬਈ ਯਾਰ ਇਹ ਤੁਸੀਂ ਦੋਖਾ ਤਾਂ ਦਿੰਦਾ ਪਿਆ ਬੰਦਾ ਅਗਲੇ ਦਿਨ ਕਿਨੋ ਲੇਕਿਨ ਇਹਨੇ ਮਿਤਬਾਰ ਨਹੀਂ ਕੀਤਾ ਤਾਂ ਬਸ ਹੁਣ ਬੱਤੀ ਦੋਖਾ ਥੀ ਗਈ ਹੈ ਲੇਕਿਨ ਮਾਸ਼ਾ ਫਸਲ ਲੈਂਦੇ ਚੰਗੀ ਕਲੋਤੀ ਨਹੀਂ ਮਿਹਨਤ ਵਗੈਰਾ ਕਰਿੰਦੇ ਪੈ ਇਹ ਦੇਖਦੇ ਪਾਇਓ ਇਹ ਦੇਖਦੇ ਪਾਇਓ ਕਨੋਲਾ ਕਮਲ ਕਮ ਇਹ ਹੁਣ ਕਣਕ ਪਈਏ ਅਤੇ ਪਰ ਉਹ ਕਨੋਲਾ ਖੋਤੇ ਕਮਲ ਕਮ 5-6 ਕਿੱਲੇ ਅਤੇ ਤੁਹਾਨੂੰ ਇਹ ਆਖਣਾ ਚਾਹਾਂ ਬਈ ਨੀਅਰ ਟਾਈਮ ਕੋਈ ਖਰਚਾ ਪਾਣੀ ਬੰਦਾ ਕਰੇ ਵੀ ਸਹੀ ਫਸਲ ਤਾਂ ਕਰੇ ਤਾਂ ਬੰਦਾ ਦਿਹਾਤ ਨਾ ਕਰਨਾ ਚਾਹੀਦਾ ਜ਼ਰਾਤ ਦਫ਼ਤਰਾਂ 'ਤੇ ਪਤਾ ਕਰਕੇ ਅਤੇ ਬੰਦੇ ਖਰਚਾ ਪਾਣੀ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਜ਼ਮੀਨਦਾਰ ਬਰਾ ਨੁਕਸਾਨ ਇਸ ਗੱਲੋਂ ਚਾਹ ਗਿੰਦੇ ਨੇ ਫਸਲ ਦਾ ਹਮੇਸ਼ਾ ਕਿ ਉਹਨਾਂ ਦੂਜੇ ਜ਼ਮੀਨਦਾਰਾਂ 'ਤੇ ਇਹਨਾਂ ਗੱਲਾਂ 'ਤੇ ਇਤਬਾਰ ਕਰਵੇ ਨੇ ਉਹ ਇਤਬਾਰ ਨਹੀਂ ਕਰਨਾ ਚਾਹੀਦਾ ਹਮੇਸ਼ਾ ਜ਼ਰਾਤ ਤੋਂ ਬਦਰੀਆ ਵੈਰੀਫਾਈਡ ਬੀਜ ਹੋਣੇ ਚਾਹੀਦੇ ਉਹਨਾਂ 'ਤੇ ਪੁੱਛਣਾ ਚਾਹੀਦਾ ਕਨੋਲਾ ਕਿਹੜਾ ਹੈ ਅਤੇ ਸਰੋਂ ਕਿਹੜੀ ਹੁੰਦੀ ਹੈ ਸਰੋਂ ਦੀ ਨਾ ਆ ਸਕਦਾ ਵੀ ਸਰੋਂ ਦੀ ਉਸ ਸਰੋਂ ਉਸ ਚੰਗੀ ਰਹਿੰਦੀ ਹੈ ਵੀ ਕਨੋਲਾ ਵੀ ਚੰਗੀ ਰਹਿੰਦਾ ਉਸ ਮਾਸ਼ਾ ਅੱਲਾ ਖਿਦਮਤ ਖਾਤੇ ਕਰਦੇ ਭੈਣ ਠੀਕ ਕਰਦੇ ਭੈਣ ਇਹ ਤਾਂ ਉਸ ਡੇਲੇ ਚਾਹੀਦੀ ਤਾਂ ਵੱਧ ਮੈਂ ਰਿਕੁਐਸਟ ਵੀ ਕਿੰਨੀ ਉਸ ਚਾਹੀਦੀ ਅੱਜ ਦੀ ਵੀਡੀਓ ਇੱਥੇ ਕਨੋਲਾ ਹੈ ਅਤੇ ਬਣਾਈ ਆ ਇੱਥੇ ਅਤੇ ਇਹ ਕਨੋਲਾ ਇਹ ਸਾਡੇ ਕੋਲ ਰਾਧਾ ਜਾਂ ਸਾਡੇ ਡੇਰ ਵਾਲ ਪੁੱਲ ਥੋੜ੍ਹੇ ਅਤੇ ਰੋਕੜੀ ਵਾਲੇ ਪੁੱਲ ਨਹੀਂ ਉਹਨਾਂ ਦੇ ਵਿਚਾਰ ਕਰਕੇ ਇੱਕ ਖਿਵਾਲੇ ਵਾਲੀ ਜਾਣ ਦੀ ਉੱਥੇ ਰਾਧਾ ਹੋਇਆ ਅਤੇ ਇਹ ਕਨੋਲਾ ਆਈ ਇਹ ਤੁਹਾਨੂੰ ਦੀ ਹਾਲਤ ਹਾਜ਼ਰ ਦੱਸਿਆ ਅਤੇ ਸਾਰਾ ਕੁਝ ਤੁਹਾਨੂੰ ਇਹਦੇ ਮੁਕੰਮਲ ਤਫਸੀਲ ਦੱਸੀ ਅੱਛਾ ਉਮੀਦ ਹੈ ਤੁਹਾਨੂੰ ਸਮਝ ਆ ਗਈ ਅਸੀਂ ਇਹਦਾ ਇਤਿਹਾਸ ਕਰਕੇ ਬੰਦਾ ਕਨੋਲਾ ਰਹਿ ਸਕੇ ਸਾਨ ਭਰਾ ਅਤੇ ਦੁੱਖ ਨਾ ਖਾਸੋ ਅਤੇ ਅੱਜ ਦੀ ਵੀਡੀਓ ਦੇਖ ਤਾਂ ਮੈਂ ਥੈਂਕ ਕਰਦਾ ਨਵੀਂ ਵੀਡੀਓ ਦੇ ਵਿੱਚ ਅਤੇ ਨਵੇਂ ਵਲੋਗ ਤੁਹਾਡੀ ਖਿਦਮਤ ਦੁਬਾਰਾ ਆਦਤ ਹੈ ਸਾਂ ਉਸ ਵਕਤ ਤੁਹਾਨੂੰ ਇਜਾਜ਼ਤ ਦੱਸੋ ਰੱਬ ਦੇ ਹਵਾਲੇ